ਆਹੀ 1 ਜੂਨ ਆ ਜਾਣਾ ਜਿੱਦਣ ਵੋਟਾਂ ਏ, ਕਿਹੜੇ ਕਿਹੜੇ ਮੈਂ ਸਮਝਦਾ ਵੀ ਜੋ ਅੱਜ ਇਹ ਗੱਲ ਕਹੀ ਆ ਮੋਦੀ ਜੀ ਨੇ, ਕਿਹੜੇ ਅਧਿਕਾਰ ਕਿਹੜੇ ਮੂੰਹ ਨਾਲ ਇਹ ਕੋਈ ਸਿੱਖ ਕੋਈ ਪੰਜਾਬੀ ਪੰਜੇ ਦਾ ਬਟਨ ਕਿਵੇਂ ਦੱਬੂਗਾ ਕੋਈ, ਮੈਨੂੰ ਇਹ ਦੱਸੋ। 1 ਜੂਨ ਨੂੰ ਸਿੱਧਾ ਇੰਦਰਾ ਗਾਂਧੀ ਨੇ ਸਿੱਧਾ ਜਰਨੈਲਾਂ ਨੂੰ ਹੁਕਮ ਦਿੱਤੇ ਸੀ ਵੀ ਤੋਪ ਦੇ ਗੋਲੇ ਐਲ ਐਮ ਜੀਆਂ ਆਰ ਪੀ ਜੀ ਲਾਂਚਰ ਸਾਰੇ ਆ ਜਿਹੜੇ ਉਹ ਦਰਬਾਰ ਸਾਹਿਬ ਤੇ ਬੀੜਤੇ ਸੀ। 1 ਜੂਨ ਨੂੰ ਬੱਚੇ ਲੇਡੀਜ਼ ਬੰਦੇ, ਅਸੀਂ ਤਾਂ ਬਥੇਰਾ ਕਾਂਗਰਸ ਪਾਰਟੀ ਚ ਜਦੋਂ ਸੀਗੇ ਬਹੁਤ ਸੁਣੀਆਂ ਗੱਲਾਂ, ਬਹੁਤ ਲੋਕ ਇਸ ਗੱਲ ਦੇ ਨਾਲ ਗੁੱਸੇ ਸੀ, ਪਰ ਇਸ ਵਾਰ ਤਾਂ ਵੋਟਾਂ ਹੀ 1 ਜੂਨ ਨੂੰ ਆ ਗਈਆਂ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਸ਼ੁਰੂ ਹੋਇਆ ਸੀ। ਸਮਝ ਲਓ ਸਿੱਖਾਂ ਤੇ ਹਮਲਾ ਸ਼ੁਰੂ ਹੋਇਆ ਸੀ, ਪੰਜਾਬੀਆਂ ਤੇ ਹਮਲਾ ਸ਼ੁਰੂ ਹੋਇਆ ਸੀ, ਉਹ ਗੱਲ ਮੋਦੀ ਜੀ ਕਹਿ ਰਹੇ ਆ ਤੇ ਉਹਦਾ ਰਿਜ਼ਲਟ ਆ ਜਿਹੜਾ ਤੁਸੀਂ ਦੇਖੋ 1 ਜੂਨ ਨੂੰ ਲੋਕ ਵੋਟਾਂ ਪਾ ਕੇ ਦੇਣਗੇ। ਸ਼ਰਮ ਆਉਣੀ ਚਾਹੀਦੀ ਹੈ ਬਿੱਟੂ, ਇਹ ਗੱਲ ਕਰਦੇ ਹੋ ਉਹਨਾਂ ਦੇ ਪੂਰਵਜ ਕਾਂਗਰਸ 'ਚ ਸਨ, ਬਿੱਟੂ ਦਾ ਜਨਮ ਕਾਂਗਰਸ 'ਚ ਹੋਇਆ, ਜਦੋਂ ਘੱਲੂਘਾਰਾ ਹੋਇਆ ਹੋਣਾ ਉਦੋਂ ਬਿੱਟੂ ਕਿੱਥੇ ਸੀ ਉਹਨੂੰ ਜ਼ਰਾ ਹੀ ਪੁੱਛੋ। ਅਕਾਲੀ ਦਲ ਨੇ ਵੀ ਸਵਾਲ ਚੁੱਕਿਆ ਜੀ, ਅਕਾਲੀ ਦਲ ਵੀ ਘੱਲੂਘਾਰੇ ਦਾ ਵੱਡਾ ਜ਼ਿੰਮੇਦਾਰ ਸੀ।